ਪਿਆਰੇ ਵਿਦਿਆਰਥੀਓ, ਜੀ ਆਇਆਂ ਨੂੰ NCERT ਦੀ 10ਵੀਂ ਕਲਾਸ ਦੀ ਮੈਥਸ ਦੀ ਬੁੱਕ ਦੀ ਐਕਸਰਸਾਈਜ਼ 1.2। ਬੜੇ ਸਿੰਪਲ ਸਵਾਲ ਨੇ ਕਈ ਤੇ, ਪਰ ਚਲੋ ਕਿਉਂਕਿ ਸਾਰਾ ਐਕਸਰਸਾਈਜ਼ ਕਰਨੀ ਹੈ ਤਾਂ ਇਸ ਕਰਕੇ ਵੀ ਕਰ ਲੈਂਦੇ ਹਾਂ। ਇਹ ਕੁਛ ਸਵਾਲ ਇਹਨਾਂ 'ਚੋਂ ਐਸੇ ਨੇ ਜਿਹੜੇ ਤੁਸੀਂ ਆਪਣੀ ਸ਼ਾਇਦ 7ਵੀਂ 8ਵੀਂ ਜਾਂ 9ਵੀਂ ਵਿੱਚ ਕੀਤੇ ਹੋਣਗੇ, ਪਰ ਚਲੋ ਅੱਛੀ ਗੱਲ ਇਹ, ਇੱਕ ਕਿਸਮ ਦੀ ਰਿਵੀਜ਼ਨ ਵੀ ਹੋ ਜਾਏਗੀ ਅਤੇ ਨਾਲ ਦੂਜੀ ਗੱਲ ਇਹ ਕੁਛ ਇੱਕ ਨਵੇਂ ਢੰਗ ਵੀ ਹੈਗੇ ਨੇ ਇਹ 'ਚ। ਐਕਸਪ੍ਰੈਸ ਈਚ ਨੰਬਰ ਐਜ਼ ਅ ਪ੍ਰੋਡਕਟ ਆਫ ਇਟਸ ਪ੍ਰਾਈਮ ਫੈਕਟਰਸ। ਅਸੀਂ ਫੰਡਾਮੈਂਟਲ ਅਰਥਮੈਟਿਕ ਜਿਹੜੀ ਥਿਊਰਮ ਹੈ ਉਹ 'ਚ ਪੜ੍ਹਿਆ ਹੈ ਕਿ ਐਵਰੀ ਕੰਪੋਜ਼ਿਟ ਨੰਬਰ ਹੈਜ਼ ਅ ਯੂਨੀਕ ਰਿਪ੍ਰਜੈਂਟੇਸ਼ਨ ਆਫ ਪ੍ਰਾਈਮ ਫੈਕਟਰਾਈਜੇਸ਼ਨ, ਅਰਥਾਤ ਹਰ ਇੱਕ ਭਾਜ ਸੰਖਿਆ ਨੂੰ ਇੱਕ ਵਿਲੱਖਣ ਅਭਾਜ ਗੁਣਨ ਖੰਡਨ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਸੋ ਇੱਥੇ ਲੱਗਦਾ ਉਸੀ ਗੱਲ ਨੂੰ ਸਪਸ਼ਟ ਕਰਨ ਲਈ ਉਹਨਾਂ ਨੇ ਸਵਾਲ ਪਾਏ ਨੇ। ਕਹਿੰਦੇ ਆ ਜਿਹੜੇ ਥੱਲੇ ਸੰਖਿਆਵਾਂ ਦਿੱਤੀਆਂ, ਨੰਬਰ ਦਿੱਤੇ ਨੇ, ਇਹਨਾਂ ਨੂੰ ਪ੍ਰਾਈਮ ਫੈਕਟਰ ਵਿੱਚ ਵੰਡੋ। ਸੋ 140 ਨੂੰ ਜਿੱਦਾਂ ਐਲਸੀਅਮ ਨਹੀਂ ਲਈਦਾ, ਉਸੀ ਢੰਗ ਨਾਲ ਇਹਨੂੰ ਲਿਖ ਲਓ। ਇੱਦਾਂ ਕੋਲਮ ਬਣਾ ਕੇ ਪਹਿਲੇ 2 ਤੋਂ ਸ਼ੁਰੂ ਕਰ ਲਓ, 2 ਪ੍ਰਾਈਮ ਨੰਬਰ ਹੈ, ਫਿਰ 3 ਤੋਂ ਕਰ ਲਓ, ਫਿਰ 5 ਤੋਂ ਕਰ ਲਓ, ਫਿਰ 7 ਤੋਂ ਕਰ ਲਓ, ਇੱਦਾਂ ਕਰ ਕਰਕੇ ਨਾ ਤੁਸੀਂ ਦੇਖੋ ਜਿੰਨਾ ਜਿੰਨਾ ਭਾਗ ਹੁੰਦਾ ਕਰੀ ਜਾਓ। ਹੁਣ 2 ਨਾਲ ਭਾਗ ਹੁੰਦਾ ਇੱਥੇ ਦੇ ਫੇਵੜਾ। ਸੋ 2 × 7 = 14 70 ਆ ਗਿਆ, ਫਿਰ 2 ਨਾਲ ਚਲਾ ਜਾਏਗਾ, 2 = 35 ਆ ਗਿਆ, ਫਿਰ 5 ਨਾਲ ਜਾਏਗਾ। ਹੁਣ 5 ਵੀ ਪ੍ਰਾਈਮ ਨੰਬਰ ਹੈ, 7 ਵੀ ਪ੍ਰਾਈਮ ਨੰਬਰ ਹੈ। ਸੋ ਇਹ ਬਣ ਗਿਆ 2 × 2 × 5 × 7। ਸੋ ਪ੍ਰਾਈਮ ਫੈਕਟਰਾਈਜੇਸ਼ਨ ਹੋ ਗਿਆ 2 raised to power 2 × 5 × 7। ਸੋ ਸਿੰਪਲ। ਫਿਰ ਆ ਗਿਆ 156। 156 ਨੂੰ ਵੀ 2 ਨਾਲ ਸਟਾਰਟ ਕਰਾਂਗੇ, 2 × 7 = 14, 2 × 8 = 16, ਫਿਰ 2 ਨਾਲ ਚਲਾ ਜਾਏਗਾ, 2 × 3 = 6 ਅਤੇ 2 × 9 = 18। ਹੁਣ 39, ਫਿਰ ਇਹ 3 ਦੇ ਨਾਲ ਚਲਾ ਜਾਏਗਾ, 9 × 3 = 12, 3 × 4 = 12 ਅਤੇ 39 ਭਾਗ ਹੋ ਜਾਏਗਾ 3 ਦੇ ਨਾਲ, 3 × 3 = 3, 3 × 3 = 9। ਦੈਟਸ ਆਲ ਓਨ 13 ਆਲਸੋ ਇਜ਼ ਅ ਪ੍ਰਾਈਮ ਨੰਬਰ। ਸੋ 2 × 2 × 3 × 13, 2 × 2 × 3 × 13, ਸੋ 2 raised to power 2 × 3 × 13, ਇਹ ਹੋ ਗਿਆ ਪ੍ਰਾਈਮ ਫੈਕਟਰਾਈਜੇਸ਼ਨ ਇਹਦਾ। ਫਿਰ ਆ ਗਿਆ 38 × 25, 38 × 25 ਹੁਣ ਦੇਖੋ 3 ਨਾਲ ਨਹੀਂ ਜਾਏਗਾ, ਸੋਰੀ 2 ਦੇ ਨਾਲ ਨਹੀਂ ਜਾਏਗਾ, ਲਾਸਟ ਵਿੱਚ 5 ਜਾਂ 0 ਅਤੇ ਸਟੇਟ ਆਫ ਅਸੀਂ 5 ਨਾਲ ਕਰ ਲੈਂਦੇ ਹਾਂ। ਜੇ 0 ਹੁੰਦਾ ਫਿਰ 2 ਨਾਲ ਕਰਨਾ ਸੀ, 5 ਆਏ ਅਤੇ 2 ਨਾਲ ਨਹੀਂ ਜਾਏਗਾ। ਸੋ 5 × 7 = 35, 3 × 32 = 35, 5 × 5 = 25, ਦੁਬਾਰਾ ਫਿਰ 5 ਨਾਲ ਚਲਾ ਜਾਏਗਾ, 5 × 5 = 5, 5 × 3 = 15, 5 × 3 = 15। ਹੁਣ 5 × 3 = 8, 1 = 9, 9 × 3 ਨਾਲ ਭਾਗ ਹੋ ਜਾਂਦਾ, ਸੋ ਇਹ ਵੀ 3 ਨਾਲ ਭਾਗ ਹੋ ਜਾਏਗਾ। ਸੋ 3 × 5 = 15, 3 × 3 = 3, ਫਿਰ 5 × 6, ਫਿਰ 3 ਨਾਲ ਭਾਗ ਹੋ ਜਾਂਦਾ, 3 × 3 = 3, 3 × 7 = 21। ਸੋ 17 ਜਿਹੜਾ ਹੈ ਪ੍ਰਾਈਮ ਨੰਬਰ ਹੈ, ਠੀਕ ਹੈ, ਇਹ ਖਤਮ ਹੋ ਗਿਆ ਇੱਥੇ। ਹੁਣ ਸੋ ਇਹ ਬਣ ਗਿਆ 5 × 3 × 3 × 5 × 5 × 17, ਸੋ 3 raised to power 2 × 5 raised to power 2 × 17, ਇਹ ਪ੍ਰਾਈਮ ਫੈਕਟਰਾਈਜੇਸ਼ਨ ਇਹਦਾ ਹੋ ਗਿਆ। ਫਿਰ ਆ ਗਿਆ 5005, ਠੀਕ ਹੈ ਜੀ। 5005 ਦਾ ਕਿੱਦਾਂ ਕਰਾਂਗੇ, 5 ਨਾਲ ਭਾਗ ਕਰਾਂਗੇ ਪਹਿਲੇ, 5 × 5 = 5, 5 × 0 = 5, ਫਿਰ 11 ਨਾਲ ਭਾਗ ਇਹੋ ਜਾਏਗਾ, 11 × 99 ਅਤੇ 11 × 11, ਫਿਰ 13 ਨਾਲ ਭਾਗ ਹੋ ਜਾਂਦਾ 91। ਸੋ 13 × 7 = 91। ਦੇਖੋ ਤੇ ਇੱਥੇ ਤੁਹਾਨੂੰ ਪਹਾੜੇ ਜਿਹੜੇ ਯਾਦ ਹੋਣੇ ਬੜੇ ਜ਼ਰੂਰੀ ਨੇ, ਸਪੈਸ਼ਲੀ ਹੁਣ ਜੇ ਪ੍ਰਾਈਮ ਨੰਬਰ ਹੈ ਅਤੇ ਪ੍ਰਾਈਮ ਫੈਕਟਰਾਈਜੇਸ਼ਨ ਕਰਨੇ, ਅਤੇ 17 ਦਾ ਪਹਾੜਾ, 19 ਦਾ ਪਹਾੜਾ, 13 ਦਾ ਪਹਾੜਾ, ਇਹ ਯਾਦ ਹੋਣੇ ਚਾਹੀਦੇ ਨੇ ਸਾਰੇ। ਸੋ 13 × 7 = 91, ਸੋ ਇਹ ਹੋ ਗਿਆ 5 × 7 × 11 × 13, ਇਹ ਪ੍ਰਾਈਮ ਫੈਕਟਰਾਈਜੇਸ਼ਨ ਇਹਦਾ ਹੋ ਗਿਆ। ਅਗਲਾ ਨੰਬਰ ਹੈ 7429। ਹੁਣ ਇਹਨੂੰ 7 × 4 = 11, ਔਰ 13 × 9 = 22, ਇਹ 3 ਦੇ ਨਾਲ ਭਾਗ ਨਹੀਂ ਹੁੰਦਾ। ਚਲੋ ਅਸੀਂ 17 ਨਾਲ ਟਰਾਈ ਕਰਦੇ ਹਾਂ, 17 × 4 = 68, 2 × 6, ਫਿਰ ਇੱਧਰ 62 ਆ ਗਿਆ, ਅਤੇ 17 × 3 = 51, ਠੀਕ ਹੈ। ਫਿਰ ਕਿੰਨਾ ਆ ਗਿਆ ਸਾਡੇ ਕੋਲ, 119, 11 ਬਚਿਆ, ਤਾਂ 17 × 7 = 119, ਠੀਕ ਹੈ, ਸੋਰੀ 17 × 7 = 119, ਠੀਕ ਹੈ, ਓਕੇ। ਫਿਰ ਇਹ 19 ਨਾਲ ਭਾਗ ਹੁੰਦਾ, ਦੇਖੋ 19 × 2 = 38, 5 × 7 = 19, 3 × 7 = 52। ਸੋ 17 × 19 × 23, ਇਹ ਜਿਹੜਾ ਹੈ ਇਹ ਇਹਦਾ ਅਭਾਜ ਗੁਣਨ ਖੰਡਨ ਹੋ ਗਿਆ, ਪ੍ਰਾਈਮ ਫੈਕਟਰਾਈਜੇਸ਼ਨ ਹੋ ਗਿਆ। ਸੋ ਆਓ ਅਗਲਾ ਸਵਾਲ ਨੂੰ ਦੇਖੀਏ, ਕੁਐਸਚਨ ਨੰਬਰ 2। ਫਾਈਂਡ ਦੀ LCM ਐਂਡ HCF ਆਫ ਦੀ ਫੋਲੋਇੰਗ ਪੇਅਰਸ ਆਫ ਇੰਟੀਜਰਸ ਐਂਡ ਵੈਰੀਫਾਈ ਦੈਟ LCM ਇੰਟੂ HCF ਇਜ਼ ਇਕੁਅਲ ਟੂ ਪ੍ਰੋਡਕਟ ਆਫ ਦਾ 2 ਨੰਬਰਸ। ਇਹ ਅਸੀਂ ਜਿਹੜੇ ਨੋਟਸ ਦੱਸੇ ਦਿਖਾਏ ਤੁਹਾਨੂੰ ਬਣਾਏ ਨੇ ਪਹਿਲੇ ਚੈਪਟਰ ਦੇ ਵਿੱਚ, ਇਹ ਗੱਲ ਆਈ ਹੈ ਕਿ LCM ਇੰਟੂ HCF ਇਜ਼ ਇਕੁਅਲ ਟੂ ਦੀ ਪ੍ਰੋਡਕਟ ਆਫ 2 ਨੰਬਰਸ, ਠੀਕ ਹੈ। ਹੁਣ ਇਹਨੂੰ ਮੈਂ HCF ਨੂੰ ਜਿਹੜੇ ਪੁਰਾਣੇ ਢੰਗ ਨਾਲ ਕਰਾਂਗੇ, ਤਾਂ ਕਿ ਕਿਉਂਕਿ ਅਗਲੇ ਸਵਾਲ ਆਉਣਗੇ ਉਹ 'ਚ ਫਿਰ ਅਸੀਂ ਦੂਸਰਾ ਢੰਗ ਕਰ ਲਾਂਗੇ, ਤਾਂ ਕਿ ਤੁਹਾਡਾ ਦੋਨੋਂ ਰਿਵੀਜ਼ਨ ਹੋ ਜਾਏ। ਸੋ 95, ਇਹ ਐਕਚੁਲੀ ਜਿਹੜਾ ਲੋਂਗ ਡਿਵੀਜ਼ਨ ਮੈਥਡ ਹੈ, ਇਟ ਇਜ਼ ਨਥਿੰਗ ਬਟ ਡਿਫਰੈਂਟ ਫਾਰਮ ਆਫ ਯੂਕਲਿਡਸ ਡਿਵੀਜ਼ਨ ਲੈਮਾ। ਉਹ ਅਸੀਂ ਇਸ ਤਰ੍ਹਾਂ ਕਰਦੇ ਹਾਂ, a = b × q / r, ਅਤੇ ਫਿਰ ਇਹ ਉਹੀ ਚੀਜ਼ ਹੈ, ਪਰ ਇਹ ਥੋੜ੍ਹਾ ਇਹਦੀ ਪ੍ਰੈਜੈਂਟੇਸ਼ਨ ਵੱਖਰੀ ਹੈਗੀ ਹੈ, ਠੀਕ ਹੈ, ਜੋ ਅਸੀਂ ਛੋਟੀ ਕਲਾਸਾਂ ਵਿੱਚ ਸਿੱਖੀ ਸੀਗੀ। ਸੋ 91 ਵੱਡਾ ਇੱਥੇ ਰੱਖਿਆ, 26 ਦੇ ਨਾਲ ਭਾਗ ਕੀਤਾ, 26 ਦੀ 78 ਆ ਗਿਆ,
8 3 11 7 13 ਬਚਿਆ 13 9 26 ਖਤਮ ਹੋ ਗਿਆ ਸੋ HCF is equal to 13 ਠੀਕ ਹੈ ਤੇ LCM ਕਰਨ ਲਈ ਇਦਾਂ ਹੀ 91 26 7 ਨਾਲ ਭਾਗ ਗਿਆ 13 7 91 13 ਦੂਣਾ 7 26 7 ਨਾਲ ਭਾਗ ਨਹੀਂ ਹੁੰਦਾ ਠੀਕ ਹੈ ਫਿਰ 13 ਆ ਗਿਆ 13 1 13 13 ਦੂਣਾ 26 2 1 2 2 1 2 ਠੀਕ ਹੈ ਸੋ ਇਹ ਕੀ ਆ ਗਿਆ 7 into 13 into 2 7 into 13 into 2 LCM ਆ ਗਿਆ 182 ਹੁਣ ਚੈੱਕ ਕਰਨਾ ਹੈ LCM into HCF ਕਿੰਨਾ ਹੋ ਗਿਆ 182 into 13 is equal to 2366 ਤੇ ਪ੍ਰੋਡਕਟ ਆਫ ਨੰਬਰਸ ਹੋ ਗਿਆ 26 into 91 is equal to 2366 thus product is equal to HCF into LCM so ਇਹ ਗੱਲ ਸਹੀ ਹੈ ਬਿਲਕੁਲ ਦਰੁਸਤ ਹੈ ਅਗਲਾ ਪੇਅਰ ਆ ਗਿਆ ਸਾਡੇ ਕੋਲ 510 and 92 ਹੁਣ 510 ਔਰ 92 ਨੂੰ ਇਸ ਤਰ੍ਹਾਂ ਭਾਗ ਕਰਦੇ ਗਏ 92 ਨੂੰ 5 ਨਾਲ ਭਾਗ ਕੀਤਾ 460 ਆਇਆ ਤੇ 50 ਬਚਿਆ ਫਿਰ 92 ਅਜੇ ਅੰਦਰ ਆ ਗਿਆ ਇੱਕ ਨਾਲ ਭਾਗ ਕੀਤਾ 42 ਆ ਗਿਆ ਫਿਰ ਇੱਥੇ 50 ਲਿਆ ਅੰਦਰ 42 ਆ ਗਿਆ ਫਿਰ 8 ਆ ਗਿਆ ਫਿਰ 8 5 40 ਆ ਗਿਆ ਤੇ 2 ਤੇ 2 ਚੌਕ 8 ਇੱਥੇ ਰਿਮਾਇੰਡਰ 0 ਹੋ ਗਿਆ ਸੋ HCF ਇਜ਼ ਇਕੁਅਲ ਟੂ 2 ਇਹ ਵਾਲਾ ਲਾਸਟ ਡਿਵੀਜ਼ਨ ਜਿਹੜਾ ਹੈ ਉਹ 2 ਹੈ ਜਿਸ ਤਰ੍ਹਾਂ ਯੂਕਲਿਡਸ ਡਿਵੀਜ਼ਨ ਲੇਮਾ ਵਿੱਚ ਵੀ ਜਦੋਂ ਰਿਮਾਇੰਡਰ 0 ਹੋ ਜਾਂਦਾ ਹੈ ਤੇ ਜੋ ਡਿਵੀਜ਼ਨ ਹੁੰਦਾ ਅਸੀਂ ਉਹਨੂੰ HCF ਲੈਂਦੇ ਹਾਂ ਤੇ ਉਹੀ ਚੀਜ਼ ਹੈ ਪਰ ਇਹ ਥੋੜ੍ਹਾ ਪੇਸ਼ ਕਰਨ ਦਾ ਢੰਗ ਵੱਖਰਾ ਹੈ ਠੀਕ ਹੈ ਆਓ ਹੁਣ ਇੱਥੇ ਦੇਖੋ LCM 92 510 ਪਹਿਲੇ ਦੋ ਨਾਲ ਭਾਗ ਕੀਤਾ 46 255 ਤੇ ਇਹ ਹੁਣ ਅੱਗੇ ਹੋਰ ਨਹੀਂ ਭਾਗ ਹੋ ਰਿਹਾ LCM ਇਜ਼ ਇਕੁਅਲ ਟੂ 2 ਇੰਟੂ 46 ਇੰਟੂ ਹੁਣ ਇਹਨਾਂ ਵਿੱਚ ਕੋਈ ਕਾਮਨ ਨਹੀਂ ਹੈਗਾ ਠੀਕ ਹੈ ਸੋ 2 ਇੰਟੂ 46 ਇੰਟੂ 255 ਆ ਗਿਆ 23460 ਇਹ ਆ ਗਿਆ LCM ਨਾਓ ਪ੍ਰੋਡਕਟ ਇਜ਼ ਇਕੁਅਲ ਟੂ 510 ਇੰਟੂ 92 46920 ਇਹ ਆ ਗਿਆ ਠੀਕ ਹੈ ਐਂਡ HCF ਇੰਟੂ LCM ਇਜ਼ ਇਕੁਅਲ ਟੂ 2 HCF ਹੈਗਾ LCM ਹੈਗਾ 23460 ਜਿਹੜੇ ਮਲਟੀਪਲਾਈ ਕੀਤਾ 46920 ਵਿੱਚ ਸੇਮ ਐਜ਼ ਦੀ ਪ੍ਰੋਡਕਟ ਦਸ ਪ੍ਰੋਡਕਟ ਇਜ਼ ਇਕੁਅਲ ਟੂ HCF ਇੰਟੂ LCM ਆਓ ਹੁਣ ਕੁਸ਼ਚਨ ਨੰਬਰ 3 ਦੇਖੀਏ ਨਹੀਂ ਕੁਸ਼ਚਨ ਨੰਬਰ ਹਾਲੇ ਸੈਕਿੰਡ ਦਾ ਥਰਡ ਪਾਰਟ ਹੋਰ ਵੀ ਹੈਗਾ ਆਓ ਇਹ ਕਰੀਏ ਲੈਟ ਅਸ ਡੂ ਦਿਸ ਪਾਰਟ ਆਲਸੋ ਹੁਣ ਹੈਗਾ 336 ਐਂਡ 54 ਉਸ ਤਰ੍ਹਾਂ ਹੀ ਕੀਤਾ 54 ਨੂੰ 6 ਨਾਲ ਭਾਗ ਕੀਤਾ 324 6 ਨਾਲ ਗੁਣਾ ਕੀਤਾ 12 ਆ ਗਿਆ ਸੋ 12 ਚੋਂ 48 ਇੱਥੇ 6 ਆ ਗਿਆ 6 ਦੂਣੀ 12 ਰਿਮਾਇੰਡਰ ਖਤਮ ਹੋ ਗਿਆ ਇੱਥੇ ਸੋ HCF ਇਜ਼ 6 LCM ਇੱਦਾਂ ਲਿਖੇ 2 ਨਾਲ ਭਾਗ ਕੀਤੇ ਪਹਿਲੇ ਦੋਨੋਂ ਚਲੇ ਗਏ 3 ਨਾਲ ਭਾਗ ਕੀਤੇ ਚਲੇ ਗਏ ਹੁਣ ਇਹਨਾਂ 'ਚ ਕੋਈ ਕਾਮਨ ਨਹੀਂ ਹੈਗਾ ਸੋ 2 ਇੰਟੂ 3 ਇੰਟੂ 9 ਇੰਟੂ 56 ਇਹ ਆ ਗਿਆ 3024 ਸੋ HCF ਇੰਟੂ LCM ਇਜ਼ ਇਕੁਅਲ ਟੂ 6 ਇੰਟੂ 3024 ਇਜ਼ ਇਕੁਅਲ ਟੂ 18144 ਠੀਕ ਹੈ ਇਹ ਆ ਗਿਆ ਹੁਣ ਪ੍ਰੋਡਕਟ ਕੀ ਹੈ ਨੰਬਰਸ ਦਾ 336 ਇੰਟੂ 54 ਇਜ਼ ਇਕੁਅਲ ਟੂ 18144 ਸੋ ਇਹ ਹੋ ਰਿਹਾ ਬਰਾਬਰ ਨੇ 10 ਪ੍ਰੋਡਕਟ ਇਜ਼ ਇਕੁਅਲ ਟੂ HCF ਇੰਟੂ LCM ਸੋ ਇਹ ਤਿੰਨ ਕੁਸ਼ਚਨਸ ਰਾਹੀਂ ਅਸੀਂ ਇਹ ਕਨਫਰਮ ਕਰ ਲਿਆ ਕਿ ਇਹ ਗੱਲ ਸਹੀ ਹੈ ਕਿ HCF ਇੰਟੂ LCM ਆਫ ਟੂ ਨੰਬਰਸ ਇਜ਼ ਇਕੁਅਲ ਟੂ ਦੀ ਪ੍ਰੋਡਕਟ ਆਫ ਟੂ ਨੰਬਰਸ ਅਰਥਾਤ ਮਹੱਤਮ ਅਤੇ ਲਘੂਤਮ ਦਾ ਗੁਣਨ ਫਲ ਦੋ ਸੰਖਿਆਵਾਂ ਜਿਹੜੀਆਂ ਜਿਹਨਾਂ ਦਾ ਲਘੂਤਮ ਅਤੇ ਮਹੱਤਮ ਅਸੀਂ ਲਿਆ ਹੈ ਉਹਨਾਂ ਦੇ ਗੁਣਨ ਫਲ ਦੇ ਬਰਾਬਰ ਹੁੰਦਾ ਹੈ ਹੁਣ ਕੁਸ਼ਚਨ ਨੰਬਰ 3 ਦੇਖੀਏ ਕੀ ਕਹਿੰਦਾ ਕੁਸ਼ਚਨ ਨੰਬਰ 3 ਹੈ ਫਾਈਂਡ ਦੀ LCM ਐਂਡ HCF ਆਫ ਦੀ ਫੋਲੋਇੰਗ ਇੰਟੀਜਰਸ ਬਾਈ ਅਪਲਾਈਂਗ ਦੀ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਹੁਣ ਦੂਜਾ ਮੈਥਡ ਅੱਛੀ ਗੱਲ ਹੈ ਸਾਨੂੰ ਉਹ ਮੈਥਡ ਵੀ ਕਲੀਅਰ ਹੋ ਗਿਆ ਅਤੇ ਹੁਣ ਇਹ ਵਾਲਾ ਮੈਥਡ ਵੀ ਅਸੀਂ ਕਰਾਂਗੇ ਇਹ ਵੀ ਅਸੀਂ ਸਕੂਲ ਵਿੱਚ ਸਿੱਖਿਆ ਹੈ ਪਰ ਅਸੀਂ ਜ਼ਿਆਦਾਤਰ ਇਹਨੂੰ ਇਸ ਤਰ੍ਹਾਂ ਨਹੀਂ ਕਰਦੇ ਜੋ ਮੈਂ ਪਹਿਲੇ ਸਵਾਲ 'ਚ ਕੀਤਾ ਅਸੀਂ ਉਹ ਦੂਜੇ ਸਵਾਲ 'ਚ ਕੀਤੇ ਨੇ ਅਸੀਂ ਉਸ ਢੰਗ ਦੇ ਨਾਲ ਕਰਦੇ ਹੁੰਦੇ ਹਾਂ ਠੀਕ ਹੈ ਪਰ ਇਹ ਅਰਥਮੈਟਿਕ ਦੀ ਜਿਹੜੀ ਥਿਓਰਮ ਹੈ ਜਿਹੜੀ ਅਸੀਂ ਪਹਿਲੇ ਚੈਪਟਰ ਦੇ ਨੋਟਸ ਵਿੱਚ ਪਾਈ ਹੈ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ ਜਿਹਦੇ ਵਿੱਚ ਇਹ ਕਿਹਾ ਕਿ ਐਵਰੀ ਕੰਪੋਜ਼ਿਟ ਨੰਬਰ ਹੈਜ਼ ਅ ਯੂਨੀਕ ਰਿਪ੍ਰੈਜੈਂਟੇਸ਼ਨ ਆਫ ਪ੍ਰਾਈਮ ਫੈਕਟਰਾਈਜੇਸ਼ਨ ਠੀਕ ਹੈ ਜੀ ਸੋ ਇਹਨੂੰ ਹੁਣ ਫੈਕਟਰਾਈਜੇਸ਼ਨ ਦੇ ਢੰਗ ਨਾਲ ਕਰਾਂਗੇ 12 15 ਅਤੇ 21 ਇਹ ਤਿੰਨ ਨੰਬਰ ਹੈਗੇ ਨੇ ਸੋ 12 ਨੂੰ ਕੀ ਕੀਤਾ 2 ਇੰਟੂ 2 ਇੰਟੂ 3 ਇਹੀ ਫੈਕਟਰ ਇਹਦੇ ਇਸ ਤੋਂ ਹੋਰ ਛੋਟਾ ਤਾਂ ਨਹੀਂ ਹੋ ਸਕਦਾ ਕਿਉਂਕਿ ਇਹ ਪ੍ਰਾਈਮ ਹੈਗੇ ਨੇ ਸੋ ਇਜ਼ ਇਕੁਅਲ ਟੂ 2 ਰੇਸ ਟੂ 2 ਇੰਟੂ 3 ਰੇਸ ਟੂ ਪਾਵਰ 1 ਹੋ ਗਿਆ ਅਤੇ 15 ਇਜ਼ ਇਕੁਅਲ ਟੂ 3 ਰੇਸ ਟੂ ਪਾਵਰ 1 ਇੰਟੂ 5 ਰੇਸ ਟੂ ਪਾਵਰ 1 21 ਇਜ਼ ਇਕੁਅਲ ਟੂ 3 ਰੇਸ ਟੂ ਪਾਵਰ 1 ਇੰਟੂ 7 ਰੇਸ ਟੂ ਪਾਵਰ 1 ਹੁਣ HCF ਕੀ ਹੁੰਦਾ ਇਸ ਤੋਂ ਸਭ ਤੋਂ ਕਾਮਨ ਕਿਹੜਾ ਦੇਖੋ 2 ਇਹਦੇ ਵਿੱਚ ਨਹੀਂ ਹੈਗਾ ਇਹਦੇ ਵਿੱਚ ਨਹੀਂ ਹੈਗਾ 5 ਇਹ 'ਚ ਹੈਗਾ ਅਤੇ ਇਹਨਾਂ 'ਚ ਨਹੀਂ ਹੈਗਾ 7 ਇਹ 'ਚ ਹੈਗਾ ਅਤੇ ਇਹ 'ਚ ਨਹੀਂ ਹੈਗਾ ਠੀਕ ਹੈ ਹੁਣ HCF ਹੁੰਦਾ ਦੀ ਲੀਸਟ ਕਾਮਨ ਫੈਕਟਰ ਸਭ ਤੋਂ ਹਾਈਐਸਟ ਕਾਮਨ ਫੈਕਟਰ ਸੋਰੀ ਸੋ ਇੱਥੇ ਉਹਦੀ ਸਭ ਤੋਂ ਛੋਟੀ ਪਾਵਰ ਲੈਣੀ ਇੱਥੇ 3 ਰੇਸ ਟੂ ਪਾਵਰ 1 3 ਰੇਸ ਟੂ ਪਾਵਰ 1 ਜਿਹੜਾ ਹੈ ਇਹ ਫੈਕਟਰ ਕਾਮਨ ਹੈ ਸੋ HCF ਇਜ਼ ਇਕੁਅਲ ਟੂ 3 ਰੇਸ ਟੂ ਪਾਵਰ 1 ਇਜ਼ ਇਕੁਅਲ ਟੂ 3 ਇਹ ਆ ਗਿਆ ਆਂਸਰ ਅਤੇ LCM ਕੀ ਹੈਗਾ ਸਾਰੇ ਫੈਕਟਰ ਜਿਹੜੇ ਨੇ ਉਹਨਾਂ ਦੀ ਵੱਡੀ ਪਾਵਰ ਲੈਣੀ ਹੈ ਇਹ 'ਚ ਕਿਹੜਾ ਆ ਗਿਆ 2 ਦੀ ਰੇਸ ਪਾਵਰ 2 ਹੈ ਇੱਥੇ ਫਿਰ
3 ਦੀ ਪਾਵਰ ਦੇ ਕੇ ਇਸ ਆਰੇਂਜ ਤੋਂ 3 ਇੰਟੂ 5 ਇੰਟੂ 7 ਸੋ 2 ਰੇਸ ਟੂ ਪਾਵਰ 2 ਇੰਟੂ 3 ਰੇਸ ਟੂ ਪਾਵਰ 1 ਇੰਟੂ 5 ਇੰਟੂ 7 ਇਹ ਆ ਗਿਆ ਤੁਹਾਡਾ ਐਲ ਸੀ ਐਮ ਠੀਕ ਹੈ ਹੁਣ ਅੱਗੇ ਚੱਲੀਏ 17, 23, 29 ਐਸ ਸੀ ਐਫ ਇਜ ਇਕੁਅਲ ਟੂ 1 ਕਿਉਂ ਕਿਉਂਕਿ 17 ਦਾ ਅੱਗੇ ਕੋਈ ਫੈਕਟਰ ਨਹੀਂ ਬਣਦਾ 23 ਦਾ ਅੱਗੇ ਕੋਈ ਫੈਕਟਰ ਨਹੀਂ ਬਣਦਾ 29 ਦਾ ਅੱਗੇ ਕੋਈ ਫੈਕਟਰ ਨਹੀਂ ਬਣਦਾ ਇਹ ਸਾਰੇ ਪ੍ਰਾਈਮ ਨੰਬਰ ਨੇ ਇੱਧਰੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਐਚ ਸੀ ਐਫ ਆਫ ਪ੍ਰਾਈਮ ਨੰਬਰਸ ਇਜ਼ 1 ਇਹ ਹਮੇਸ਼ਾ ਯਾਦ ਰੱਖਣਾ ਐਚ ਸੀ ਐਫ ਨੰਬਰਸ ਜਿਹੜੇ ਪ੍ਰਾਈਮ ਨੰਬਰਸ ਨੇ ਉਹਨਾਂ ਦਾ ਐਚ ਸੀ ਐਫ ਹਮੇਸ਼ਾ ਮਹੱਤਵ ਹਮੇਸ਼ਾ 1 ਹੁੰਦਾ ਹੈ ਅਤੇ ਐਲ ਸੀ ਐਮ ਜਿਹੜਾ ਹੈਗਾ ਉਹ ਪ੍ਰਾਈਮ ਨੰਬਰਸ ਦਾ ਉਹਨਾਂ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ ਜਿੰਨੇ ਨੰਬਰ ਨੇ ਹੁਣ 13 ਅਤੇ 17 ਦਾ ਅਗਰ ਮੰਨ ਲਓ ਐਲ ਸੀ ਐਮ ਕੱਢਣਾ ਸੋ 13 ਗੁਣਾ 17 ਨੂੰ ਸਟੇਟ ਵਿੱਚ ਗੁਣਾ ਕਰ ਦਿਉ ਜੇ 3 ਔਰ 7 ਦਾ ਐਲ ਸੀ ਐਮ ਕੱਢਣਾ 3 ਔਰ 7 ਨੂੰ ਗੁਣਾ ਕਰ ਦਿਉ ਜੇ 3 ਔਰ 7 ਦਾ ਐਚ ਸੀ ਐਫ ਚਾਹੀਦਾ ਦੋਨੋਂ ਪ੍ਰਾਈਮ ਨੰਬਰ ਹੈਗੇ ਨੇ ਸਟੇਟ ਵੇ ਐਚ ਸੀ ਐਫ ਇਜ਼ 1 ਸੋ ਇਹ ਜਿਹੜੀ ਸ਼ਾਰਟਕੱਟ ਹੈਗੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਸ਼ਾਇਦ ਇਸੇ ਕਰਕੇ ਸਵਾਲ ਪਾਇਆ ਕਿ ਤੁਹਾਨੂੰ ਪਤਾ ਲੱਗ ਜਾਏ ਸੋ ਜੋ ਜੇ ਅਪਾਲ ਸੰਖਿਆਵਾਂ ਹੋਣਗੀਆਂ ਤੇ ਉਹਨਾਂ ਦਾ ਐਚ ਸੀ ਐਫ ਜਿਹੜਾ ਹੈ ਮਹੱਤਮ ਹੈਗਾ ਉਹ 1 ਹੋਏਗਾ ਅਤੇ ਜਿਹੜੇ ਅਪਾਲ ਸੰਖਿਆਵਾਂ ਨੇ ਉਹਨਾਂ ਦਾ ਲਘੂਤਮ ਜਿਹੜਾ ਹੈ ਉਹ ਸੰਖਿਆਵਾਂ ਦੇ ਗੁਣਨਫਲ ਦੇ ਬਰਾਬਰ ਹੋਏਗਾ ਉਹਨਾਂ ਦੇ ਪ੍ਰੋਡਕਟ ਦੇ ਬਰਾਬਰ ਹੋਏਗਾ ਅੱਗੇ ਆ ਗਿਆ ਗਰੁੱਪ ਸਾਡੇ ਕੋਲ 8, 9 ਅਤੇ 25 ਹੁਣ 8 ਦਾ ਕੀ ਹੈਗਾ 2 ਰੇਸ ਟੂ ਪਾਵਰ 3 9 ਦਾ ਕੀ ਹੈਗਾ 3 ਰੇਸ ਟੂ ਪਾਵਰ 2 25 ਦਾ ਕੀ ਹੈਗਾ 5 ਰੇਸ ਟੂ ਪਾਵਰ 5 ਹੁਣ ਇਹਨਾਂ ਵਿੱਚ ਕੋਈ ਦੇਖੋ ਉਹ ਨਹੀਂ ਹੈਗਾ ਕੋਈ ਵੀ ਕਾਮਨ ਇਹ 'ਚ 2 ਹੈਗਾ 3 ਹੈਗਾ 5 ਹੈਗਾ ਕੋਈ ਵੀ ਕਾਮਨ ਫੈਕਟਰ ਨਹੀਂ ਹੈਗਾ ਸੋ ਇਸ ਕਰਕੇ ਐਸ ਸੀ ਐਫ ਇਜ਼ ਇਕੁਅਲ ਟੂ 1 ਹੁਣ 8 ਜਿਹੜਾ ਪ੍ਰਾਈਮ ਨੰਬਰ ਨਹੀਂ ਹੈਗਾ 9 ਪ੍ਰਾਈਮ ਨੰਬਰ ਨਹੀਂ ਹੈਗਾ 5 ਪ੍ਰਾਈਮ ਨੰਬਰ ਨਹੀਂ ਹੈਗਾ ਜਿਹੜੇ ਇਹ ਨੰਬਰ ਪਰ ਇਹ ਆਪਸ ਵਿੱਚ ਕੋ ਪ੍ਰਾਈਮ ਨੇ ਸੋ ਕੋ ਪ੍ਰਾਈਮ ਨੰਬਰ ਕਿਹੜੇ ਹੁੰਦੇ ਨੇ ਜਿਹਨਾਂ ਦਾ ਐਚ ਸੀ ਐਫ 1 ਹੋਵੇ ਕੋ ਪ੍ਰਾਈਮ ਨੰਬਰਾਂ ਦਾ ਆਪਣੇ ਆਪ ਵਿੱਚ ਪ੍ਰਾਈਮ ਹੋਣਾ ਜ਼ਰੂਰੀ ਨਹੀਂ ਇਟ ਮੀਨਸ ਕੋ ਪ੍ਰਾਈਮ ਨੰਬਰਸ ਨੀਡ ਨਾਟ ਬੀ ਪ੍ਰਾਈਮ ਡੈਮਸੈਲਸ ਆਲ ਪ੍ਰਾਈਮ ਨੰਬਰਸ ਆਰ ਆਲਸੋ ਕੋ ਪ੍ਰਾਈਮ ਬਟ ਦੇਰ ਆਰ ਸਮ ਕੰਪੋਜ਼ਿਟ ਨੰਬਰਸ ਵੈਨ ਦੇ ਆਰ ਪੇਅਰਡ ਵਿਦ ਅਦਰ ਕੰਪੋਜ਼ਿਟ ਨੰਬਰਸ ਦੇ ਮੇ ਬੀ ਕੋ ਪ੍ਰਾਈਮ ਟੂ ਈਚ ਅਦਰ ਜਿੱਦਾਂ 4 ਔਰ 9 4 ਕੰਪੋਜ਼ਿਟ ਨੰਬਰ ਹੈ ਭਾਜ ਸੰਖਿਆ ਹੈ ਹੈ ਨਾ ਦੋ ਨਾਲ ਭਾਗ ਹੋ ਜਾਂਦੀ ਹੈ 9 ਭਾਜ ਸੰਖਿਆ ਹੈ 3 ਨਾਲ ਭਾਗ ਹੋ ਜਾਂਦੀ ਹੈ ਪਰ 4, 9 ਜਿਹੜਾ 4 ਨਾਲ ਭਾਗ ਨਹੀਂ ਹੁੰਦਾ ਇਹਦਾ ਮਤਲਬ ਕਿ 4 ਔਰ 9 ਆਪਸ ਵਿੱਚ ਕੋ ਪ੍ਰਾਈਮ ਨੰਬਰ ਨੇ ਉਹਨਾਂ ਦਾ ਐਚ ਸੀ ਐਫ 1 ਹੋਏਗਾ ਅਤੇ ਉਹਨਾਂ ਦਾ ਐਲ ਸੀ ਐਮ ਵੀ ਜਿਹੜਾ ਹੋਏਗਾ ਉਹ ਸਾਰਿਆਂ ਦੇ ਗੁਣਾਂ ਦੇ ਬਰਾਬਰ ਹੋਏਗਾ 4 ਔਰ 9 ਦਾ ਐਲ ਸੀ ਐਮ ਹੋਏਗਾ 4 ਨੀ 36 ਸੋ ਇਸ ਤਰ੍ਹਾਂ ਹੀ ਇਹ ਜਿਹੜੀਆਂ ਹੁਣ ਸਾਰੀਆਂ ਪਾਵਰਸ ਨੇ ਇਹਨਾਂ ਨੂੰ ਗੁਣਾ ਕਰ ਦੇਣਾ 2 ਰੇਸ ਟੂ ਪਾਵਰ 3 ਇੰਟੂ 3 ਰੇਸ ਟੂ ਪਾਵਰ 2 ਇੰਟੂ 5 ਸਕੁਅਰ ਸੋ 2 ਦੂਣੀ 4 ਦੂਣੀ 8 ਅਤੇ 3 3 9 ਅਤੇ ਇਹ ਹੋ ਗਿਆ 5 5 25 ਸੋ 8 5 25 8 ਕਿੰਨਾ ਹੋ ਗਿਆ ਤੁਹਾਡਾ ਹੋ ਗਿਆ 200 ਅਤੇ ਇਹ ਹੋ ਗਿਆ 9 ਅਤੇ 200 × 9 1800 ਇਹ ਤੁਹਾਡਾ 1800 ਆ ਗਿਆ ਐਲ ਸੀ ਐਮ ਠੀਕ ਹੈ ਜੀ ਆਓ ਹੁਣ ਅਗਲਾ ਸਵਾਲ ਦੇਖੀਏ ਕੀ ਕਹਿੰਦਾ Question number 4 is, given that HCF of 306 and 657 is equal to 9, find LCM of 306 and 657. ਇੱਥੇ ਬੱਚੇ ਅਸੀਂ ਹੁਣ ਉਹਦਾ ਵਿਦਿਆਰਥੀ ਉਹਦਾ ਫਾਰਮੂਲਾ ਯੂਜ਼ ਕਰਾਂਗੇ ਕਿ HCF ਇੰਟੂ LCM ਇਜ਼ ਇਕੁਅਲ ਟੂ ਦੀ ਪ੍ਰੋਡਕਟ ਆਫ ਟੂ ਨੰਬਰਸ ਵੀ ਨੋ ਦੈਟ HCF AB ਇੰਟੂ LCM AB ਇਜ਼ ਇਕੁਅਲ ਟੂ A ਇੰਟੂ B. ਸੋ LCM AB ਇਜ਼ ਇਕੁਅਲ ਟੂ A into B but HCF AB. So therefore LCM 306 657 is equal to 306 into 657 by 9. Kyunki HCF 9 ditta hoya. So 9 nu inna bhag ho janda hai 9 7 63 te itthe aa gaya 2 27 te 9 3 27. So 306 into 73. Therefore LCM is equal to 22,338. So ade bada straightforward siga. Par sanu pata hona chahiye kis tarah karida hai. So this is the answer for this question. How on dekhiye question number 5. Check whether 6 raised to power n can end with the digit 0 for any natural number n. Agar 6 di koi power n hove te oda jo result aayega ki ode vich kithe 0 aayega end te units place te 0 aayega eh pata lagana hai. Hun is tarah de sawal te assi kivein karange dasso. ਹੁਣ 1 ਨੂੰ 6 ਨੂੰ 1 ਨਾਲ ਗੁਣਾ ਕਰੋ ਫਿਰ 2 ਨਾਲ ਰੇਸ ਟੂ ਪਾਵਰ 2 ਫਿਰ ਰੇਸ ਟੂ ਪਾਵਰ 3 ਫਿਰ ਰੇਸ ਟੂ ਪਾਵਰ 4 ਵੀ ਡੋਂਟ ਨੋ ਸੋ ਇਹਦਾ ਕੋਈ ਵੱਖਰਾ ਢੰਗ ਹੁੰਦਾ ਹੈ ਇਹਦੇ ਵਿੱਚ ਅਸੀਂ ਉਹ ਯੂਜ਼ ਕਰਾਂਗੇ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ ਇਹ ਦੇਖੋ ਫੋਰ 6 ਰੇਸ ਟੂ ਪਾਵਰ ਐਨ ਟੂ ਐਂਡ ਵਿਦ 0 ਦੀ ਪ੍ਰਾਈਮ ਫੈਕਟਰਾਈਜੇਸ਼ਨ ਸ਼ੁੱਡ ਕੰਟੇਨ ਬੋਥ 2 ਐਂਡ 5 ਕਿਉਂਕਿ 10 ਦਾ ਜਿਹੜਾ ਜੇ ਉਹ 10 ਆ ਰਿਹਾ ਹੈ ਅਖੀਰ 'ਚ 100 ਅਗਰ ਅਖੀਰ 'ਚ ਅਗਰ 0 ਆ ਰਹੀ ਹੈ ਅਤੇ 10 ਦਾ ਫੈਕਟਰਾਈਜੇਸ਼ਨ ਕੀ ਹੁੰਦਾ 2 ਇੰਟੂ 5 ਇਹ ਯੂਨੀਕ ਹੈਗਾ ਇਹ ਸਿਰਫ 2 ਔਰ 5 ਦਾ ਜਿਹੜਾ ਫੈਕਟਰ ਹੈ ਸਿਰਫ 10 ਵਾਸਤੇ ਹੀ ਹੈ ਹੋਰ ਕਿਸੇ ਵਾਸਤੇ ਹੋ ਹੀ ਨਹੀਂ ਸਕਦਾ ਦਿਸ ਇਜ਼ ਦੀ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ ਸੋ ਅਸੀਂ ਕਹਿੰਦੇ ਹਾਂ ਵੀ ਸੀ ਦੈਟ
6 raised to power n is equal to 2 into raised to 2 into 3 raised to power n. ਹੁਣ ਜਿਹੜਾ ਹੈ 6 ਦਾ ਜਿਹੜਾ ਫੈਕਟਰਾਈਜੇਸ਼ਨ ਵਿੱਚ 2 ਤੇ ਆ ਰਿਹਾ ਤੇ 3 ਆ ਰਿਹਾ ਪਰ 5 ਨਹੀਂ ਆ ਰਿਹਾ. ਦਸ ਪ੍ਰਾਈਮ ਫੈਕਟਰਾਈਜੇਸ਼ਨ ਆਫ 6 ਰੇਸਟ ਟੂ ਪਾਵਰ ਐਨ ਡਜ ਨਾਟ ਹੈਵ ਐਨੀ 5, ਇਹ 'ਚ ਕੋਈ 5 ਆ ਹੀ ਨਹੀਂ ਰਿਹਾ. ਹੈਂਸ 6 ਰੇਸਟ ਟੂ ਪਾਵਰ ਐਨ ਕੈਨ ਨਾਟ ਐਂਡ ਵਿਦ ਦੀ ਡਿਜਿਟ 0 ਫੋਰ ਐਨੀ ਨੈਚੁਰਲ ਨੰਬਰ. ਸੋ ਬੜਾ ਸਿੰਪਲ ਹੈ. ਸੋ ਜਦੋਂ ਇਸ ਤਰ੍ਹਾਂ ਦੇ ਸਵਾਲ ਆਉਣ ਤੇ ਅਸੀਂ ਜਦੋਂ ਬੇਸ ਦਿੱਤਾ ਹੋਇਆ ਉਹਦਾ ਪ੍ਰਾਈਮ ਫੈਕਟਰਾਈਜੇਸ਼ਨ ਕਰ ਲਓ, ਅਤੇ ਜਿਹੜੀ ਉਹਨਾਂ ਨੇ ਡਿਮਾਂਡ ਰੱਖੀ ਹੈ ਪਤਾ ਲਗਾਉਣ ਦੀ ਉਹਦਾ ਪ੍ਰਾਈਮ ਫੈਕਟਰਾਈਜੇਸ਼ਨ ਕਰ ਲਓ ਅਤੇ ਦੇਖ ਲਓ ਉਹਨਾਂ ਦੀ ਆਪਸ ਵਿੱਚ ਮੈਚਿੰਗ ਬਣਦੀ ਹੈ ਜਾਂ ਨਹੀਂ ਬਣਦੀ. ਸੋ ਇਹ ਸਵਾਲ ਕਰਨ ਦਾ ਇਹ ਤਰੀਕਾ ਸੀਗਾ. ਆਓ ਹੁਣ ਕੁਐਸਚਨ ਨੰਬਰ 6 ਦੇਖ ਲਈਏ ਐਂਡ ਫਿਰ ਇਹ ਪੂਰੀ ਐਕਸਰਸਾਈਜ਼ ਇੱਕ ਵੀਡੀਓ 'ਚ ਖਤਮ ਕਰ ਦਿੰਦੇ ਹਾਂ. ਕੁਐਸਚਨ ਨੰਬਰ 6, ਐਕਸਪਲੇਨ ਵਾਈ 7 ਇੰਟੂ 11 ਇੰਟੂ 13 ਪਲੱਸ 13 ਐਂਡ 7 ਇੰਟੂ 6 ਇੰਟੂ 5 ਇੰਟੂ 4 ਇੰਟੂ 3 ਇੰਟੂ 2 ਇੰਟੂ 1 ਪਲੱਸ 1 ਆਰ ਕੰਪੋਜ਼ਿਟ ਨੰਬਰਸ. ਹੁਣ ਬੱਚੋ ਇੱਥੇ ਵੀ ਅਸੀਂ ਜੋ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ ਯੂਜ਼ ਕਰਾਂਗੇ ਵਿਚ ਸੇਜ਼ ਦੈਟ ਐਵਰੀ ਕੰਪੋਜ਼ਿਟ ਨੰਬਰ ਹੈਜ਼ ਯੂਨੀਕ ਰਿਪ੍ਰਜੈਂਟੇਸ਼ਨ ਆਫ ਪ੍ਰਾਈਮ ਫੈਕਟਰਾਈਜੇਸ਼ਨ. ਆਓ ਹੁਣ ਦੇਖੋ ਪਹਿਲਾ ਸਵਾਲ ਕਰੀਏ, ਪਹਿਲਾ ਭਾਗ ਕਰੀਏ. ਪਹਿਲਾ ਨੰਬਰ ਜੋ ਹੈ 7 ਇੰਟੂ 11 ਇੰਟੂ 13 ਪਲੱਸ 13, ਇਹ 13 ਇਹਦੇ ਵਿੱਚ ਉਹਦੇ ਵਿੱਚ ਕਾਮਨ ਹੈਗਾ, ਇਹ ਟਰਮ ਹੈਗੀ ਪਲੱਸ ਹੈ ਇੱਥੇ, ਠੀਕ ਹੈ. ਸੋ 13 ਲੈ ਲਿਆ, ਸੋ ਇਹ ਬਣ ਗਿਆ 7 ਇੰਟੂ 11 ਪਲੱਸ 1, ਠੀਕ ਹੈ. ਸੋ ਇਹ ਕੀ ਬਣ ਗਿਆ, 11 ਇੰਟੂ 7 77 ਪਲੱਸ 1 ਆ ਗਿਆ 77 ਪਲੱਸ 1. ਫਿਰ ਇਹ ਆ ਗਿਆ 13 ਇੰਟੂ 78. ਹੁਣ 78 ਨੂੰ 13 ਤੇ ਪ੍ਰਾਈਮ ਨੰਬਰ ਹੈਗਾ ਹੀ, ਹੁਣ 38 78 ਨੂੰ ਬ੍ਰੇਕ ਕਰੋ. ਸੋ 2 ਇੰਟੂ 3 ਇੰਟੂ 13, ਸੋ 2 ਦੋ ਤੀਆ 6 ਅਤੇ 13 6 78, ਠੀਕ ਹੈ. ਸੋ ਇਹ ਕੀ ਬਣ ਗਿਆ, 2 ਇੰਟੂ 3 ਇੰਟੂ 13 ਦਾ ਸਕੁਏਅਰ, 13 ਰੇਸਟ ਓਵਰ 2. ਅਕੋਰਡਿੰਗ ਟੂ ਦੀ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ ਐਵਰੀ ਕੰਪੋਜ਼ਿਟ ਨੰਬਰ ਕੈਨ ਬੀ ਐਕਸਪ੍ਰੈਸਡ ਐਜ਼ ਅ ਪ੍ਰੋਡਕਟ ਆਫ ਪ੍ਰਾਈਮਸ ਐਂਡ ਇਟ ਹੈਜ਼ ਬੀਨ ਐਕਸਪ੍ਰੈਸਡ ਐਜ਼ ਅ ਪ੍ਰੋਡਕਟ ਆਫ ਪ੍ਰਾਈਮਸ. 2 ਵੀ ਪ੍ਰਾਈਮ ਹੈ, 3 ਵੀ ਪ੍ਰਾਈਮ ਹੈ, 13 ਵੀ ਪ੍ਰਾਈਮ ਹੈ. ਦਸ ਦੀ ਗਿਵਨ ਨੰਬਰ ਇਜ਼ ਅ ਕੰਪੋਜ਼ਿਟ ਨੰਬਰ, ਠੀਕ ਹੈ ਜੀ. ਇਹਦੇ ਹੋ ਗਿਆ ਪਹਿਲਾ ਸਵਾਲ. ਹੁਣ ਦੂਸਰਾ ਕਰੀਏ, ਦੂਸਰਾ ਵੀ ਸਹੀ ਕਰਾਂਗੇ. 7 ਇੰਟੂ 6 ਇੰਟੂ 5 ਇੰਟੂ 4 ਇੰਟੂ 3 ਇੰਟੂ 2 ਇੰਟੂ 1 ਪਲੱਸ 5. ਸੋ 5 ਕਾਮਨ ਲੈ ਲਿਆ, ਸੋ ਇਹ ਕੀ ਬਚਿਆ, 7 ਇੰਟੂ 6, 5 ਇੱਧਰ ਆ ਗਿਆ ਬਾਹਰ, 4 ਇੰਟੂ 3 ਇੰਟੂ 2 ਇੰਟੂ 1 ਪਲੱਸ 1. ਸੋ 7 6 ਦਾ 42 ਅਤੇ 4 ਤੀ 12 ਦੋਨਾਂ 24, ਸੋ 42 ਇੰਟੂ 24 ਪਲੱਸ 1, ਸਿੰਪਲੀਫਾਈ ਕਰ ਲਿਆ ਅਤੇ 42 ਇੰਟੂ 24 ਇਹ ਆ ਗਿਆ ਕਿੰਨਾ, ਇਹ 1008 ਪਲੱਸ 1, ਸੋ 5 ਇੰਟੂ 1009. ਹੁਣ ਦੇਖੋ 5 ਵੀ ਪ੍ਰਾਈਮ ਹੈਗਾ ਅਤੇ 1009 ਵੀ ਪ੍ਰਾਈਮ ਨੰਬਰ ਹੀ ਹੈਗਾ, ਇਹਦੇ ਹੋਰ ਬ੍ਰੇਕ ਨਹੀਂ ਹੋ ਸਕਦੇ. ਸੋ ਵੀ ਨੋ ਦੈਟ ਐਵਰੀ ਕੰਪੋਜ਼ਿਟ ਨੰਬਰ ਕੈਨ ਬੀ ਐਕਸਪ੍ਰੈਸਡ ਐਜ਼ ਅ ਪ੍ਰੋਡਕਟ ਆਫ ਪ੍ਰਾਈਮਸ ਐਂਡ ਦੀਜ਼ ਆਰ ਦਿਸ ਇਜ਼ ਅ ਪ੍ਰੋਡਕਟ ਆਫ 2 ਪ੍ਰਾਈਮਸ. ਸੋ 10 ਦੀ ਗਿਵਨ ਨੰਬਰ ਇਜ਼ ਅ ਕੰਪੋਜ਼ਿਟ ਨੰਬਰ ਐਂਡ ਫੋਰ ਯੋਰ ਇਨਫੋਰਮੇਸ਼ਨ ਮੈਂ ਤੁਹਾਨੂੰ ਬ੍ਰੈਕਟ 'ਚ ਲਿਖ ਦਿੱਤਾ ਹੈ ਕਿ 1009 ਇਜ਼ ਅ ਪ੍ਰਾਈਮ ਨੰਬਰ, ਠੀਕ ਹੈ. ਸੋ ਬੱਚਿਓ ਇਹ ਸਵਾਲ ਵੀ ਸਾਡਾ ਜਿਹੜਾ ਹੈ ਹੋ ਗਿਆ. ਚਲੋ ਗੁੱਡ, ਲੱਗਦਾ ਇਸ ਵੀਡੀਓ ਵਿੱਚ ਪੂਰੀ ਐਕਸਰਸਾਈਜ਼ ਖਤਮ ਹੋ ਜਾਏਗੀ, 1 to 7 ਸਾਰੇ ਸਵਾਲ ਹੋ ਜਾਣਗੇ. ਦੈਟਸ ਗੁੱਡ. ਕੁਐਸਚਨ ਨੰਬਰ 7, ਦੇਅਰ ਇਜ਼ ਅ ਸਰਕੂਲਰ ਪਾਥ ਅਰਾਊਂਡ ਅ ਸਪੋਰਟਸ ਫੀਲਡ. ਸੋਨੀਆ ਟੇਕਸ 18 ਮਿੰਟਸ ਟੂ ਡਰਾਈਵ 1 ਰਾਊਂਡ ਆਫ ਦੀ ਫੀਲਡ ਵਾਈਲ ਰਵੀ ਟੇਕਸ 12 ਮਿੰਟਸ ਫੋਰ ਦੀ ਸੇਮ. ਕਹਿੰਦੇ ਇੱਕ ਮੈਦਾਨ ਹੈ ਅਤੇ ਮੈਦਾਨ ਵਿੱਚ ਇੱਕ ਚੱਕਰਾਕਾਰ ਰਸਤਾ ਬਣਿਆ ਹੋਇਆ, ਉਸ ਚੱਕਰਕਾਰ ਰਸਤੇ ਨੂੰ ਪੂਰਾ ਕਰਨ ਲਈ ਸੋਨੀਆ 18 ਮਿੰਟ ਲੈਂਦੀ ਹੈ ਪੂਰਾ ਚੱਕਰ ਕਰਨ ਲਈ, ਜਿਹੜਾ ਰਵੀ ਹੈਗਾ ਉਹ ਉਸੇ ਪੂਰੇ ਚੱਕਰ ਨੂੰ ਪੂਰਾ ਕਰਨ ਲਈ ਗਰਾਊਂਡ ਪੂਰਾ ਕਰਨ ਲਈ ਉਹਨੂੰ 12 ਮਿੰਟ ਲੱਗਦੇ ਨੇ. ਸਪੋਜ਼ ਦੇ ਬੋਥ ਸਟਾਰਟ ਐਟ ਦਾ ਸੇਮ ਟਾਈਮ ਐਂਡ ਐਟ ਦਾ ਸੇਮ ਪੁਆਇੰਟ. ਮੰਨ ਲਓ ਦੋਨੋਂ ਇੱਕੋ ਥਾਂ ਤੋਂ ਇੱਕੋ ਵੇਲੇ ਰਾਊਂਡ ਲੈਣੇ ਸ਼ੁਰੂ ਕਰਦੇ ਨੇ ਐਂਡ ਗੋ ਇਨ ਦਾ ਸੇਮ ਡਾਇਰੈਕਸ਼ਨ ਅਤੇ ਦੋਨੋਂ ਇੱਕੋ ਦਿਸ਼ਾ ਵਿੱਚ ਚੱਲਦੇ ਨੇ. ਆਫਟਰ ਹਾਊ ਮੈਨੀ ਮਿੰਟਸ ਦੇ ਮੀਟ ਅਗੇਨ ਐਟ ਸਟਾਰਟਿੰਗ ਪੁਆਇੰਟ. ਦੱਸੋ ਉਹ ਦੋਨੋਂ ਆਪਸ ਵਿੱਚ ਕਿੰਨੇ ਮਿੰਟ ਬਾਅਦ ਉਸੀ ਥਾਂ 'ਤੇ ਜਿੱਥੋਂ ਸ਼ੁਰੂ ਹੋਏ ਸੀ ਇਕੱਠੇ ਮਿਲਣਗੇ. ਇਹ ਬੱਚੋ ਐਲ ਸੀ ਐਮ ਦਾ ਸਵਾਲ ਹੈ ਸਿੱਧੇ ਤਰੀਕੇ ਨਾਲ. ਉਹ ਮੈਂ ਤੱਕ ਦੱਸ ਦਵਾਂ. ਦੇਖੋ ਸੋਨੀਆ ਨੇ ਪਹਿਲਾ ਰਾਊਂਡ ਕੀਤਾ 18 ਮਿੰਟ ਵਿੱਚ ਅਤੇ ਦੂਜਾ ਰਾਊਂਡ ਕਦੋਂ ਕਰੇਗੀ, 18:36 ਮਿੰਟ ਵਿੱਚ. ਇੱਥੇ ਅਸੀਂ ਰੁਕ ਗਏ ਕਿਉਂਕਿ ਇਹ ਵੱਡੀ ਫਿਗਰ ਹੈ. ਰਵੀ ਨੇ ਪਹਿਲਾ ਰਾਊਂਡ ਕੀਤਾ 12 ਮਿੰਟ ਵਿੱਚ ਅਤੇ ਦੂਜਾ ਰਾਊਂਡ ਕਿੰਨੇ ਮਿੰਟ 'ਚ ਕਰ ਲਏਗਾ, 12:24. 24 ਮਿੰਟ ਬਾਅਦ ਉਹ ਉਸੇ ਜਗ੍ਹਾ 'ਤੇ ਫਿਰ ਆ ਜਾਏਗਾ ਅਤੇ ਫਿਰ ਉਹ 'ਚ 12:36 ਅਤੇ ਤੀਸਰੇ ਰਾਊਂਡ 'ਤੇ ਉਹ ਜਿਹੜਾ ਹੈ ਉਹ 36 ਮਿੰਟ ਬਾਅਦ ਫਿਰ ਉੱਥੇ ਆ ਜਾਏਗਾ. ਹੁਣ ਇੱਥੇ ਵੀ 36 ਮਿੰਟ ਅਤੇ ਇੱਥੇ ਵੀ 36 ਮਿੰਟ, ਅਰਥਾਤ ਦੇ ਬੋਥ ਵਿਲ ਮੀਟ ਆਫਟਰ 36 ਮਿੰਟਸ. ਆਫਟਰ ਸੋਨੀਆ ਹੈਜ਼ ਮੇਡ 2 ਕੰਪਲੀਟ ਰਾਊਂਡਸ ਐਂਡ ਰਵੀ ਹੈਜ਼ ਮੇਡ 3 ਕੰਪਲੀਟ ਰਾਊਂਡਸ, ਦੈਟ ਇਜ਼ ਆਫਟਰ 36 ਮਿੰਟਸ ਦੇ ਵਿਲ ਮੀਟ ਅਗੇਨ ਐਟ ਦੀ ਸਟਾਰਟਿੰਗ ਪੁਆਇੰਟ. ਦੋਨੋਂ 36 ਮਿੰਟ ਬਾਅਦ ਇੱਕ ਦੂਜੇ ਨੂੰ ਮਿਲਣਗੇ ਔਰ
ਅਸੀਂ ਇੱਦਾਂ ਵੀ ਕਰ ਸਕਦੇ ਹਾਂ, ਦੂਜਾ ਤਰੀਕਾ ਇੱਕ ਇਹ ਤਰੀਕਾ ਸੀਗਾ। ਅਤੇ ਦੀ ਟਾਈਮ ਆਫ ਦੇਅਰ ਮੀਟਿੰਗ ਇਜ਼ ਗਿਵਨ ਬਾਏ ਦੀ ਐਲ ਸੀ ਐਮ ਆਫ ਟਾਈਮਸ ਟੇਕਨ ਬਾਏ ਸੋਨੀਆ ਐਂਡ ਰਵੀ, ਸਿੱਧਾ ਲਿਖ ਦਿੱਤਾ। ਅਤੇ ਸੋਨੀਆ ਦਾ ਇਹਨੂੰ ਬ੍ਰੇਕ ਕਰਤਾ, 18 ਇਜ਼ ਇਕੁਅਲ ਟੂ 2 × 3⁻², ਪ੍ਰਾਈਮ ਫੈਕਟਰਾਈਜੇਸ਼ਨ ਹੋ ਗਿਆ। ਰਵੀ 36 ਇਜ਼ ਇਕੁਅਲ ਟੂ 2⁻²× 3⁻², ਸੋ 3 ਦੀ ਸਭ ਤੋਂ ਵੱਡੀ ਪਾਵਰ ਕਿਹੜੀ ਹੈ, 2 ਦੀ ਵੱਡੀ ਪਾਵਰ ਕਿਹੜੀ ਹੈ, 2, ਸੋ 2⁻²× 3⁻², ਸੋ 2 × 2 = 4, 3 × 3 = 9, ਸੋ 4 × 9 ਇਜ਼ ਇਕੁਅਲ ਟੂ 36, ਦਸ ਦੇ ਵਿਲ ਮੀਟ ਅਗੇਨ ਆਫਟਰ 36 ਮਿੰਟਸ ਐਂਡ ਦੈਟਸ ਇਟ। ਸੋ ਬੱਚਿਓ, ਇਹ ਸੀ ਸਾਡੀ ਐਕਸਰਸਾਈਜ਼ 1.2 ਚੈਪਟਰ 1 ਦੀ। ਸੋ ਇਹ ਜੇ 7 ਸਵਾਲ ਸੀਗੇ, ਇਹ ਪੂਰੇ ਇਸ ਵੀਡੀਓ ਵਿੱਚ ਅਸੀਂ ਖਤਮ ਕਰ ਦਿੱਤੇ। ਸਿੰਪਲ ਸਵਾਲ ਸੀਗੇ, ਕੋਈ ਖਾਸ ਨਹੀਂ ਸੀਗੇ, ਪਰ 1-2 ਸਵਾਲ ਜਿਹੜੇ ਸੀ ਜਿਹੜੇ ਕਿ ਥੋੜ੍ਹੇ ਬਿਲਕੁਲ ਵੱਖਰੇ ਕਿਸਮ ਦੇ ਸੀਗੇ, ਡਿਫਰੈਂਟ ਟਾਈਪ ਦੇ ਸੀਗੇ, ਬਟ ਇਟ ਇਜ਼ ਵਰਥ ਪ੍ਰੈਕਟਿਸਿੰਗ ਆਲ ਆਫ ਦੈਮ, ਠੀਕ ਹੈ, ਤਾਂ ਕਿ ਤੁਹਾਡੀ ਸਪੀਡ ਵਧੀਆ ਬਣੇ, ਡਿਵੀਜ਼ਨ ਮਲਟੀਪਲੀਕੇਸ਼ਨ ਅਤੇ ਨੰਬਰਸ ਦੇ ਕੋਨਸੈਪਟਸ ਜਿਹੜੇ ਨੇ ਤੁਹਾਡੇ ਉਹ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਜਾਣ। ਸੋ ਇਸ ਵੀਡੀਓ ਲਈ ਇੰਨਾ ਹੀ, ਅਗਲੀ ਐਕਸਰਸਾਈਜ਼ ਅਗਲੇ ਵੀਡੀਓ ਵਿੱਚ ਲੈ ਕੇ ਆਵਾਂਗੇ। ਤਦੋਂ ਤੱਕ ਲਈ ਗੁੱਡ ਬਾਏ, ਰੱਬ ਰਾਖਾ।